ਸਾਰਿਆਂ ਨੂੰ ਜੀ। ਹਾਂਜੀ, ਪੈਨਸ਼ਨਸ ਦੇ ਲਈ ਆਈ ਵੱਡੀ ਖੁਸ਼ਖਬਰੀ। ਸੋ ਕਿੰਨਾ ਨੇ ਬਜਟ ਪਾਸ ਕੀਤਾ ਅਤੇ ਕਿੰਨੀ ਪੈਨਸ਼ਨ ਵਿੱਚ ਵਾਧਾ ਹੋਇਆ, ਇਸ ਖਬਰ ਨੂੰ ਆਪਾਂ ਡਿਟੇਲ ਵਿੱਚ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਸਾਰਿਆਂ ਨੂੰ ਛੋਟੀ ਜਿਹੀ ਰਿਕੁਐਸਟ ਕਰਦੇ ਹਾਂ, ਜਿਨ੍ਹਾਂ ਨੇ ਇਸ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ, ਤਾਂ ਜੋ ਤੁਸੀਂ ਰੋਜ਼ਾਨਾ ਦੀਆਂ ਤਾਜ਼ਾ ਖਬਰਾਂ ਇਸ ਚੈਨਲ 'ਤੇ ਸੁਣ ਸਕੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਤਾਜ਼ਾ ਖਬਰ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਜ ਵਿੱਤੀ ਸਾਲ 2022-23 ਲਈ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਦੇ ਹੋਏ ਮਾਸਿਕ ਬੁਢਾਪਾ ਪੈਨਸ਼ਨ 1001 ਰੁਪਏ ਤੋਂ ਵਧਾ ਕੇ 1500 ਰੁਪਏ ਕਰਨ ਦਾ ਐਲਾਨ ਕੀਤਾ ਹੈ। ਇਹ ਸਰਕਾਰ ਦਾ ਪੰਜਵਾਂ ਅਤੇ ਆਖਰੀ ਬਜਟ ਪੇਸ਼ ਕਰਦਿਆਂ ਸ਼੍ਰੀ ਠਾਕੁਰ ਨੇ ਬੁਢਾਪਾ ਪੈਨਸ਼ਨ ਲੈਣ ਦੀ ਉਮਰ ਹੱਦ 70 ਸਾਲ ਤੋਂ ਘਟਾ ਕੇ 60 ਸਾਲ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਪੈਨਸ਼ਨ ਲਈ ਕੋਈ ਆਮਦਨ ਸੀਮਾ ਨਹੀਂ ਹੈ। ਸੋ ਇਹ ਜਿਹੜੀ ਖਬਰ ਹੈ ਜੀ, ਇਹ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨਾਲ ਸੰਬੰਧ ਰੱਖਦੀ ਆ। ਉਹਨਾਂ ਨੇ ਉੱਥੋਂ ਦੇ ਜੋ ਬੁਢਾਪਾ ਪੈਨਸ਼ਨ ਆ ਉਸਦੀ ਉਮਰ ਜਿਹੜੀ ਹੱਦ ਹੈ 70 ਸਾਲ ਤੋਂ ਘਟਾ ਕੇ 60 ਸਾਲ ਕਰ ਦਿੱਤੀ ਆ, ਅਤੇ ਜਿਸ ਵਿੱਚ ਪੈਨਸ਼ਨ ਲਈ ਕੋਈ ਆਮਦਨ ਸੀਮਾ ਨਹੀਂ ਹੈ, ਅਤੇ ਜਿਹੜੀ ਇਹ 1000 ਤੋਂ ਵਧਾ ਕੇ 1500 ਰੁਪਏ ਜਿਹੜਾ ਇਹਨਾਂ ਨੇ ਕਰ ਦਿੱਤਾ, ਅਤੇ ਇਹ ਸਰਕਾਰ ਦਾ ਜੋ ਪੰਜਵਾਂ ਅਤੇ ਆਖਰੀ ਬਜਟ ਹੈ ਜੋ ਅੱਜ ਸ਼੍ਰੀ ਠਾਕੁਰ ਨੇ ਬੁਢੇਪਾ ਪੈਨਸ਼ਨ ਨੂੰ ਲੈ ਕੇ ਪੇਸ਼ ਕੀਤਾ ਹੈ। ਸੋ ਇਹ ਸੀ ਜੀ ਅੱਜ ਦੀ ਤਾਜ਼ਾ ਅਪਡੇਟ। ਇਸੇ ਤਰ੍ਹਾਂ ਹਰ ਰੋਜ਼ ਦੀਆਂ ਤਾਜ਼ਾ ਅਤੇ ਅਹਿਮ ਖਬਰਾਂ ਜਾਣਨ ਲਈ ਜੁੜੇ ਰਹੋ ਜੀਨੀਅਸ ਸਟੱਡੀ ਹੱਬ ਚੈਨਲ ਦੇ ਨਾਲ, ਅਤੇ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਤਾਂ ਜੋ ਤੁਸੀਂ ਹਰ ਰੋਜ਼ ਦੀਆਂ ਤਾਜ਼ਾ ਖਬਰਾਂ ਇਸ ਚੈਨਲ 'ਤੇ ਸੁਣ ਸਕੋ। ਕਿਉਂਕਿ ਇਹਦੇ ਵਿੱਚ ਅਸੀਂ ਮੁਲਾਜ਼ਮਾਂ ਦੇ ਨਾਲ ਵੀ ਅਤੇ ਪੈਨਸ਼ਨਸ ਦੇ ਨਾਲ ਵੀ ਅਤੇ ਹੋਰ ਵੀ ਭਾਗਾਂ ਨਾਲ ਜੋ ਵੀ ਅਪਡੇਟ ਨਿਊਜ਼ ਹੁੰਦੀ ਹੈ ਜਾਂ ਨੋਟੀਫਿਕੇਸ਼ਨ ਹੁੰਦੇ ਆ, ਆਪ ਸਭ ਨਾਲ ਅਸੀਂ ਸਾਂਝੇ ਕਰਦੇ ਹਾਂ। ਸੋ ਲਾਸਟ 'ਤੇ ਅਸੀਂ ਫਿਰ ਇਹੀ ਗੁਜ਼ਾਰਿਸ਼ ਕਰਦੇ ਹਾਂ, ਜਿਨ੍ਹਾਂ ਨੇ ਇਸ ਚੈਨਲ ਨੂੰ ਹਾਲੇ ਤੱਕ ਨਹੀਂ ਤੁਸੀਂ ਸਬਸਕ੍ਰਾਈਬ ਕੀਤਾ, ਸਬਸਕ੍ਰਾਈਬ ਕਰ ਲਓ ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ, ਤਾਂ ਜੋ ਸਾਰੇ ਮੁਲਾਜ਼ਮ ਵੀਰਾਂ ਤੱਕ ਇਹ ਜਿਹੜਾ ਚੈਨਲ ਹੈ ਪਹੁੰਚ ਸਕੇ। ਧੰਨਵਾਦ ਜੀ।